ਅੱਜ ਵਾਲਮੀਕਿ ਕ੍ਰਾਂਤੀਕਾਰੀ ਮੋਰਚਾ ਵੱਲੋਂ ਵਾਲਮੀਕਿ ਤੀਰਥ ਦੀ ਯਾਤਰਾ ਸੰਬੰਧੀ ਕ੍ਰਾਂਤੀਕਾਰੀ ਮੋਰਚਾ ਦੇ ਆਗੂ ਬਲਵਿੰਦਰ ਸਿੰਘ ਮੁੱਦਲ ਦੇ ਪਿੰਡ ਮੁੱਦਲ ਤੋਂ ਯਾਤਰਾ ਕਰਨ ਲਈ ਸੰਗਤਾਂ ਇਕੱਤਰ ਹੋਈਆਂ ਅਤੇ ਬਲਵਿੰਦਰ ਸਿੰਘ ਮੁੱਦਲ ਦੀ ਅਗਵਾਈ ਵਿੱਚ ਵਾਲਮੀਕਿ ਤੀਰਥ ਦੇ ਦਰਸ਼ਨ ਕਰਨ ਲਈ ਸੰਗਤਾਂ ਰਵਾਨਾ ਹੋਈਆਂ। ਇਸ ਤੀਰਥ ਯਾਤਰਾ ਵਿੱਚ ਕ੍ਰਾਂਤੀਕਾਰੀ ਮੋਰਚਾ ਦੇ ਆਗੂ ਸੁਖਚੈਨ ਸਿੰਘ ਖੈਰਾਬਾਦ, ਰਾਜਾ ਕੋਟਲੀ, ਰਜੀਵ ਨਸ਼ਹਿਰਾ, ਅਵਤਾਰ ਸਿੰਘ ਬਿੱਲਾ, ਨਿਰਮਲ ਸਿੰਘ ਬੁੱਢਾ ਥੇ, ਸੁਪਿੰਦਰ ਸਿੰਘ ਵਡਾਲਾ, ਵਾਲਮੀਕਿ ਸੰਘਰਸ਼ ਸੈਨਾ ਤੋਂ ਦਿਲਬਾਗ ਸਿੰਘ ਜੰਡਿਆਲਾ ਅਤੇ ਹੋਰ ਵਾਲਮੀਕਿ ਸਮਾਜ ਦੇ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਬਲਵਿੰਦਰ ਸਿੰਘ ਮੁੱਦਲ ਨੇ ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ ਅਤੇ ਪ੍ਰਣ ਕੀਤਾ ਕਿ ਵਾਲਮੀਕਿ ਤੀਰਥ ਦੀ ਯਾਤਰਾ ਲਈ ਵੱਖ ਵੱਖ ਇਲਾਕਿਆਂ ਤੋਂ ਸੰਗਤਾਂ ਨੂੰ ਦਰਸ਼ਨ ਕਰਵਾਉਣ ਦੇ ਯਤਨ ਕ੍ਰਾਂਤੀਕਾਰੀ ਮੋਰਚਾ ਕਰਦਾ ਰਹੇਗਾ ਅਤੇ ਭਗਵਾਨ ਵਾਲਮੀਕਿ ਜੀ ਦੀ ਜੀਵਨੀ ਤੋਂ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਸਾਡਾ ਵਾਲਮੀਕਿ ਜੀ ਦੇ ਮਿਸ਼ਨ ਨੂੰ ਮਜ਼ਬੂਤ ਕਰਨਾ ਮਿਸ਼ਨ ਹੈ ਉਹ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਟੋ ਯੂਨੀਅਨ ਦੇ ਪ੍ਰਧਾਨ ਤੀਰਥ ਸਿੰਘ ਕੋਹਾਲੀ, ਨਾਨਕ ਸਿੰਘ ਸ਼ਹਾਟਾ, ਰਿੰਕੂ ਕੋਹਾਲੀ, ਜਸਪਾਲ ਸਿੰਘ, ਰਾਮ ਸਿੰਘ, ਤਰਸੇਮ ਸਿੰਘ, ਸਨੀ ਮਜੀਠਾ, ਰਾਜੂ ਕੋਹਾਲੀ, ਰਾਜੂ ਖੈਰਾਬਾਦ, ਸਤਨਾਮ ਸਿੰਘ, ਦਲਜੀਤ ਸਿੰਘ ਬੁੱਧੜ, ਸਲਵਿੰਦਰ ਮੈਂਬਰ, ਸੁਖਦੇਵ ਸਿੰਘ ਪ੍ਰਧਾਨ, ਗੁਰਦੀਪ ਸਿੰਘ ਸਾਬਕਾ ਮੈਂਬਰ, ਮੰਗਲ ਸਿੰਘ, ਬਲਬੀਰ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ। ਸਾਡੇ ਸ਼ਹਿਰ ਦੇ ਜੁਝਾਰੂ ਨੇਤਾ ਬਲਵਿੰਦਰ ਜੀ ਮੁੱਦਲ ਨੇ ਬਹੁਤ ਵੱਡਾ ਉਪਰਾਲਾ ਕਰਕੇ ਆਪਣੇ ਸਾਥੀਆਂ ਦੇ ਨਾਲ ਆਪਣੇ ਵਾਲਮੀਕ ਸਮਾਜ ਵਾਲਮੀਕ ਤੀਰਥ 'ਤੇ ਸ਼ੋਭਾ ਯਾਤਰਾ ਲੈ ਕੇ ਜਾ ਰਹੇ ਨੇ। ਸਾਰੇ ਪਿੰਡ ਵਾਸੀਆਂ ਨੂੰ, ਨਗਰ ਵਾਸੀਆਂ ਨੂੰ ਤੀਰਥ ਦੇ ਉੱਤੇ ਮੱਥਾ ਟਿਕਾਉਣ ਵਾਸਤੇ ਵਾਲਮੀਕ ਆਸ਼ਰਮ ਆਦਿ ਧਰਮ ਸਮਾਜ ਤੋਂ ਪ੍ਰਤੀਕ ਗੱਬਰ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਸਮਾਜ ਨੂੰ ਸਿੱਧੇ ਰਾਹ 'ਤੇ ਪਾਇਆ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜੈ ਵਾਲਮੀਕਿ, ਹਰ ਹਰ ਵਾਲਮੀਕਿ। ਬੀਜੇਪੀ ਅਟਲ ਸੈਨਾ ਵੱਲੋਂ ਵਾਲਮੀਕਿ ਸਮਾਜ ਨੂੰ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜਿਹੜਾ ਇੰਨੇ ਆਪਣੇ ਨਾਲ ਪਰਿਵਾਰ ਦੇ ਨਾਲ ਇਕੱਠ ਹੋ ਕੇ ਇਕੱਠਾ ਚੱਲ ਰਿਹਾ ਵਾ। ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਮੈਂ ਸੰਗਤਾਂ ਦਾ ਬਹੁਤ ਹੀ ਸਤਿਕਾਰ ਕਰਦਾ ਕਿਉਂਕਿ ਮੇਰੇ ਵੀਰ ਜਿਹੜੇ ਗਰੀਬ ਸਮਾਜ ਦੇ ਨੇ ਉੱਠ ਕੇ ਚੱਲ ਕੇ ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਚੱਲੇ ਨੇ ਇਹਨਾਂ ਦੀ ਯਾਤਰਾ ਸਫਲਾ ਕਰਨੀ ਜੀ। ਮੈਂ ਸਾਰਿਆਂ ਨੂੰ ਸੰਸਥਾ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਜੀ। ਅੱਜ ਦਾ ਪ੍ਰੋਗਰਾਮ ਵਾਲਮੀਕਿ ਕ੍ਰਾਂਤੀਕਾਰੀ ਮੋਰਚਾ ਦੇ ਆਗੂ ਬਲਵਿੰਦਰ ਸਿੰਘ ਮੁੱਦਲ, ਜਿਨ੍ਹਾਂ ਨੇ ਪਿੰਡ ਮੁੱਦਲ ਤੋਂ ਅਤੇ ਹੋਰ ਪਿੰਡਾਂ ਤੋਂ ਸੰਗਤ ਨੂੰ ਨਾਲ ਲੈ ਕੇ ਵਾਲਮੀਕ ਆਸ਼ਰਮ ਦੇ ਦਰਸ਼ਨ ਕਰਵਾਉਣ ਦਾ ਜੋ ਪ੍ਰਣ ਲਿਆ ਸੀ ਉਸ ਨੂੰ ਪੂਰਾ ਕਰਦਿਆਂ ਅੱਜ ਪੂਰੀ ਸੰਗਤ ਨੂੰ ਨਾਲ ਲੈ ਕੇ ਅਤੇ ਵਾਲਮੀਕਿ ਤੀਰਥ ਦੇ ਜਿਹੜੇ ਦਰਸ਼ਨ ਕਰਵਾਉਣ ਜਾ ਰਹੇ ਨੇ, ਜੋ ਬਹੁਤ ਹੀ ਸ਼ਲਾਘਾਯੋਗ ਕਦਮ ਆ। ਇਸ ਲਈ ਅੱਜ ਦਾ ਜਿਹੜਾ ਵਾਲਮੀਕਿ ਤੀਰਥ ਯਾਤਰਾ ਦਾ ਇਹਨਾਂ ਦਾ ਕੀਤਾ ਪ੍ਰਣ ਪੂਰਾ ਕਰਨ ਲਈ ਪੂਰੀਆਂ ਸੰਗਤਾਂ ਸਹਿਯੋਗ ਦੇ ਰਹੀਆਂ ਔਰ ਸਾਡੇ ਵੱਖ ਵੱਖ ਕ੍ਰਾਂਤੀਕਾਰੀ ਮੋਰਚਾ ਤੋਂ ਆਗੂ ਔਰ ਸਮਾਜ ਸੇਵੀ ਜਥੇਬੰਦੀਆਂ ਹੋਰ ਵੀ ਜਿਹੜੀਆਂ ਇੱਥੇ ਨਾਲ ਆਈਆਂ ਔਰ ਭਗਵਾਨ ਵਾਲਮੀਕਿ ਜੀ ਦੇ ਅਸਥਾਨ ਦੇ ਦਰਸ਼ਨ ਕਰਨ ਜਾ ਰਹੇ ਜੀ। ਨਹੀਂ ਜੀ, ਇਹ ਵਾਲਮੀਕਿ ਤੀਰਥ ਦੇ ਦਰਸ਼ਨ ਕਰਵਾਉਣਾ ਅਤੇ ਵਾਲਮੀਕਿ ਜੀ ਦੇ ਜੀਵਨੀ ਬਾਰੇ ਜਾਗਰੂਕ ਕਰਨਾ, ਇਹ ਜਿਹੜਾ ਮਿਸ਼ਨ ਅਸੀਂ ਸ਼ੁਰੂ ਕੀਤਾ ਵਾ ਇਹ ਇੱਦਾਂ ਰੂਟੀਨ ਨਾਲ ਚਾਲੂ ਰੱਖਾਂਗੇ। ਭਗਵਾਨ ਵਾਲਮੀਕਿ ਜੀ ਦੇ ਮਿਸ਼ਨ ਨੂੰ ਔਰ ਡਾਕਟਰ ਅੰਬੇਡਕਰ ਸਾਹਿਬ ਜੀ ਦੇ ਸੰਵਿਧਾਨ ਨੂੰ ਘਰ ਘਰ ਪਹੁੰਚਾਉਣਾ, ਉਹਨਾਂ ਦੇ ਮਿਸ਼ਨ ਨੂੰ ਪੂਰਾ ਕਰਨਾ, ਇਸ ਦਾ ਇਹ ਸਾਡਾ ਮੁੱਖ ਮਕਸਦ ਹੈ।